ਵਿਨੇਡੋਨੇਸ਼ੀਆ ਵਿੱਚ ਇੱਕ ਜਵਾਲਾਮੁਖੀ ਫਟ ਗਿਆ ਜਵਾਲਾਮੁਖੀ ਦੀ ਸੁਆ ਅਸਮਾਨ ਵਿੱਚ 4000 ਮੀਟਰ ਦੀ ਉਚਾਈ ਤੱਕ ਉੱਠੀ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਡਿਜਾਸਟਰ ਮਿਟੀਗੇਸ਼ਨ ਏਜੰਸੀ ਦੇ ਬੁਲਾਰੇ ਰਾਦਿੱਤਿਯ ਜੈਤੀ ਨੇ ਕਿਹਾ ਹੈ ਕਿ ਜਵਾਲਾਮੁਖੀ ਈਸਟ ਨੂਸਾ ਤਿੰਗਾਰਾ ਸੁਵੇ ਵਿੱਚ ਫਟਿਆ ਜਵਾਲਾਮੁਖੀ ਦੇ ਆਲੇ ਦੁਆਲੇ ਸੇਤਰ ਘਟਕੜ 28 ਪਿੰਡਾਂ ਦੇ ਕਰੀਬ 2800 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਅਵਾਜ਼ਾਂ ਮਟਰਾਲੇ ਨੇ ਕਿਹਾ ਹੈ ਕਿ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸਥਾਨਕ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਕਿਉਂਕਿ ਸੁਆਹ ਅਸਮਾਨ ਤੱਕ ਖਿਲਰੀ ਹੋਈ ਹੈ ਇਸ ਦੇ ਨਾਲ ਹੀ ਉਡਾਣਾਂ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਤਿਹਾਸ ਦੇ ਕਿ ਇੰਡੋਨੇਸ਼ੀਆ ਵਿੱਚ 120 ਤੋਂ ਵੱਧ ਕਿਰਿਆਸ਼ੀਲ ਜਵਾਲਾਮੁਖੀ ਨੇ